ਹੈਲੋ ਦੋਸਤੋ ਲਾਸਟ ਲੈਕਚਰ ਦੇ ਵਿੱਚ ਆਪਾਂ ਕੁਝ ਪਾਰਟਿਕੂਲਰ ਫਾਰਮੂਲੇਸ ਤੇ ਗੱਲ ਕੀਤੀ ਸੀ ਜਿਸ ਦੇ ਵਿੱਚ ਆਪਣੇ ਕੋਲੇ ਕੀ ਫਾਰਮੈਟਸ ਸੀ ਆਹ x2 a2 ਸੀ √c a2 x2 ਸੀ ਆਪਾਂ 6 ਫਾਰਮੂਲੇਾਂ ਤੇ ਗੱਲ ਕੀਤੀ ਸੀ ਲਾਸਟ ਲੈਕਚਰ ਦੇ ਵਿੱਚ ਤੇ ਉੱਥੇ ਆਪਾਂ ਇੱਕ ਗੱਲ ਸਪੈਸ਼ਲਟੀ ਹੋਰ ਕੀ ਕੀਤੀ ਸੀ ਕਿ ਜਿਹੜਾ ਨਿਊਮਰੇਟਰ ਹੈ ਅੰਸ਼ ਹੈ ਉੱਥੇ ਕਨਸਟੈਂਟ ਚਾਹੀਦਾ ਨੰਬਰ 1 ਹਰ ਦੇ ਵਿੱਚ ਡਿਨੋਮੀਨੇਟਰ ਦੇ ਵਿੱਚ जी कोडरेटिक होंगी है दो घाती समीकरण होंगे आ वैल्यू मिस थी पावर दोस्टेंट वैल्यू आप लगातार तक अगर चलते हैं हम अपने जो क्वेश्चन होना है वह इस फॉरमेट होना है डीएक्स वटा एक्स दो प्लस बी एक्स प्लस और डीएक्स वटा अंटरूड एक्स की दो प्लस बी एक्स प्लस सी। मतलब ਆਪਾਂ ਨੂੰ ਕੀ ਦਿੱਤਾ ਹੋਇਆ ਹੈ ਆਪਾਂ ਨੂੰ ਇੱਥੇ x ਵਾਲੀ ਟਰਮ ਦਿੱਤੀ ਹੋਈ ਹੈ ਲੇਕਿਨ ਜਿਹੜਾ ਆਪਣਾ ਫਾਰਮੂਲਾ ਹੈ ਜੋ ਆਪਾਂ ਫਾਰਮੂਲੇਸ ਕਿਤੇ ਹੈ ਉਹਦੇ ਵਿੱਚ ਆਪਾਂ ਨੂੰ ਇਸ ਟਰਮ ਨੂੰ ਖਤਮ ਕਰਨਾ ਪਊਗਾ ਉਸ ਤੋਂ ਬਾਅਦ ਆਪਾਂ ਸੋਲਵ ਕਰ ਸਕਦੇ ਹਾਂ ਤਾਂ ਹੁਣ ਕੁਐਸਚਨ ਇਹ ਉੱਠਦਾ ਹੈ ਇਹਨੂੰ ਖਤਮ ਕਿਵੇਂ ਕਰਾਂਗੇ ਤਾਂ ਆਪਾਂ ਇੱਕ 10th ਕਲਾਸ ਚ ਮੈਥਡ ਕੀਤਾ ਸੀ ਕੰਪਲੀਟਿੰਗ ਦਾ ਪਰਫੈਕਟ ਸਕੁਅਰ ਮੈਥਡ ਇੱਕ ਆਪਾਂ 10th ਕਲਾਸ ਚ ਮੈਥਡ ਕੀਤਾ ਸੀ ਕੰਪਲੀਟਿੰਗ ਦਾ ਪਰਫੈਕਟ ਸਕੁਅਰ ਪੂਰਨ ਵਰਗ ਬਣਾ ਕੇ ਉਹਨੂੰ ਆਪਾਂ ਯੂਜ਼ ਕਰਾਂਗੇ ਮੈਂ ਪਹਿਲਾਂ ਆਪਾਂ ਗੱਲ ਕਰਦੇ ਆ ਉਹ ਕਿਵੇਂ ਆਪਾਂ ਉਹਨੂੰ ਹੱਲ ਕਰਦੇ ਸੀ ਕੋਈ ਵੀ ਆਪਾਂ ਨੂੰ ਦੋ ਘਾਤ ਦਿੱਤੀ ਹੋਵੇ ਮੰਨ ਲਓ ਆ ਦਿੱਤੀ ਐ ਸਭ ਤੋਂ ਪਹਿਲੀ ਸ਼ਰਤ ਇਹਨੂੰ ਸਾਂਝਾ ਕੱਢੋ ਸਭ ਤੋਂ ਪਹਿਲੀ ਸ਼ਰਤ a ਨੂੰ ਬਾਹਰ ਕੱਢਿਆ ਪਿੱਛੇ ਕੀ ਬਚਿਆ x ਦੀ 2 b/ax c/a ਕਿਉਂਕਿ ਪਹਿਲੀ ਕੰਡੀਸ਼ਨ ਕੀ ਹੈ ਜੋ x² ਦਾ ਕੋਫੀਸ਼ੀਐਂਟ ਹੈ ਗੁਨਾਕ ਹੈ ਉਹ 1 ਚਾਹੀਦਾ ਹੈ ਤਾਂ ਜਿਹੜਾ ਵੀ ਉਹਦੇ ਨਾਲ ਨੰਬਰ ਹੋਵੇ ਉਹਨੂੰ ਕਾਮਨ ਕੱਢ ਲਓ ਚਾਹੇ ਬਾਕੀਆਂ ਚੋਂ ਕਾਮਨ ਨਿਕਲ ਰਿਹਾ ਜਾਂ ਨਹੀਂ ਨਿਕਲ ਰਿਹਾ ਉਸ ਤੋਂ ਬਾਅਦ x ਵਾਲੀਆਂ ਟਰਮਸ ਨੂੰ ਅਲੱਗ ਕਰ ਦਿਓ ਕਨਸਟੈਂਟ ਟਰਮ ਨੂੰ ਅਲੱਗ ਕਰ ਦੋ ਨੈਕਸਟ ਸਟੈਪ ਜਿਹੜਾ ਐਕਸ ਦਾ ਕੋਫੀਸ਼ੀਐਂਟ ਹੈ ਕੱਲੇ ਐਕਸ ਦਾ ਕੋਫੀਸ਼ੀਐਂਟ ਉਹਦਾ ਅੱਧਾ ਕਰ ਦੋ ਹਾਫ ਆਫ ਕੋਫੀਸ਼ੀਐਂਟ ਆਫ ਐਕਸ ਉਹਦਾ ਸਕੁਅਰ ਕਰ ਦੋ ਉਹਨੂੰ ਪਲੱਸ ਕਰ ਦੋ ਅਤੇ ਮਾਈਨਸ ਕਰ ਦੋ ਕਿਵੇਂ ਹੁਣ ਇੱਥੇ ਐਕਸ ਦਾ ਕੋਫੀਸ਼ੀਐਂਟ b/a ਹੈ ਤਾਂ 1/2 b/a b/2a ਦਾ ਸਕੁਅਰ x ਦੇ ਵਿੱਚ ਤਾਂ ਜੋੜਨਾ ਹੈ ਇੱਥੇ ਜੋੜਨਾ ਹੈ ਤੁਸੀਂ ਇਹ ਕਨਫਰਮ ਯਾਦ ਰੱਖੋ ਕਿ ਇੱਥੇ ਆਪਾਂ ਪਲੱਸ ਹੀ ਕਰਨਾ ਹੈ ਤੇ ਬਾਹਰ ਆਪਾਂ ਉਹਨੂੰ ਕੀ ਕਰਦਾਂਗੇ ਮਾਈਨਸ ਕਰਦਾਂਗੇ ਠੀਕ ਤਾਂ ਜਿਹੜਾ ਇਹ ਬਣ ਗਿਆ ਇਹ ਤੁਹਾਡਾ ਸਕੁਅਰ ਬਣੂਗਾ ਜਦੋਂ ਇਹਨੂੰ ਆਪਾਂ ਸੋਲਵ ਕਰਾਂਗੇ ਤਾਂ ਦੇਖੋ a² b² 2ab ਤਾਂ ਇਹ ਇਹਦਾ ਹੋਲ ਸਕੁਅਰ ਬਣ ਜੂ ਉਹ ਜਿੰਨਾ ਮਰਜ਼ੀ ਸੋਲਵ ਕਰਕੇ ਆ ਜੇ ਉਹਨੂੰ ਆਪਾਂ ਸੋਲਵ ਕਰਾਂਗੇ ਤਾਂ ਧਿਆਨ ਨਾਲ ਦੇਖੋ ਉਰੇ x ਦੀ ਪਾਵਰ 2 ਬਨਜੂ ਇੱਥੇ ਕਨਸਟੈਂਟ ਬਨਜੂ x ਵਾਲੀ ਵੈਲਿਊ ਕੀ ਹੋਗੀ ਖਤਮ ਹੋਗੀ ਇਹ ਆਪਣਾ ਇਹਦਾ ਕੀ ਹੈ ਟੌਪਿਕ ਹੈ ਜਿਸ ਤੇ ਆਪਾਂ ਕੀ ਕਰਨੀ ਹੈ ਗੱਲ ਕਰਨੀ ਹੈ ਤਾਂ ਆਪਾਂ ਪੂਰਣ ਵਰਗ ਵਾਲੀ ਵਿਧੀ ਨੂੰ ਯੂਜ਼ ਕਰਕੇ ਇਹਨੂੰ ਸੋਲਵ ਕਰਾਂਗੇ ਹੁਣ ਕੁਝ ਕ एग्जांपल ਲੈ ਕੇ ਚੱਲਣਾ ਤਾਂ ਕਿ ਕੁਐਸਚਨ ਨੂੰ ਆਪਾਂ ਕਲੀਅਰ ਕਰ ਸਕੀਏ ਕੁਐਸਚਨ ਦੇਖੋ ਕਵੈਸਚਨ ਹੈ ਆਪਣੇ ਕੋਲੇ ਆਈ ਆਪਾਂ ਲੈ ਲਿਆ ਆ ਰਿਹਾ ਤਾਂ ਹੁਣ ਆਪਾਂ ਨੂੰ ਆ ਦਿੱਤਾ ਹੋਇਆ ਦੇਖੋ ਸਭ ਤੋਂ ਪਹਿਲਾ ਸਟੈਪ ਉਰੇ ਵਨ ਹੈ ਕੰਮ ਖਤਮ ਤਾਂ ਐਕਸ ਅਲੱਗ ਕਰ ਦੋ ਕਨਸਟੈਂਟ ਨੂੰ ਅਲੱਗ ਕਰ ਦੋ ਉਸ ਤੋਂ ਬਾਅਦ ਹਾਫ ਆਫ ਕੋਫੀਸ਼ੀਐਂਟ ਆਫ ਐਕਸ ਐਕਸ ਦੇ ਗੁਣਾਕ ਦਾ ਅੱਧਾ ਉਹਦਾ ਸਕੁਅਰ x ਦਾ ਗੁਣਾਂਕ ਕਿੰਨਾ ਆਪਣੇ ਕੋਲੇ -5 ਤਾਂ 1/2 -5 ਦੀ 2 -5/2 ਦੀ 2 x ਵਾਲੇ ਦੇ ਵਿੱਚ ਜੋੜ ਹੀ ਕਰਨਾ ਹੈ ਇਹਨੂੰ ਯਾਦ ਰੱਖਣਾ ਹੈ ਜੋੜ ਕਰਨਾ ਤੇ ਇੱਥੇ ਇਹ ਕੀ ਹੋ ਜਾਊਗਾ ਮਾਈਨਸ ਹੋ ਜਾਊਗਾ ਆਹ ਸਟੈਪ ਦਾ ਯਾਦ ਰੱਖਣਾ ਹੁਣ ਆਹ ਹੋ ਗਿਆ a ਦੀ 2 b ਦੀ 2 2ab ਉਰੇ ਮਾਈਨਸ ਹੈ a b ਦੀ 2 ਪਾ ਦਾਂਗੇ ਪਲੱਸ ਹੁੰਦਾ ਇੱਥੇ ਆਪਾਂ ਪਲੱਸ ਪਾ ਲੈਂਦੇ ਇਹਨੂੰ ਹੱਲ ਕਰੋ 6 ਮਾਈਨਸ ਦੇ ਘਾਤ 2 ਪਲੱਸ 5 ਜੋ 5 25 2 ਦੋ ਨਾਲ 4 x 5 2 ਦੀ 2 ਐਲਸੀਐਮ ਲਿਆ 24 25 1 4 1/4 ਨੂੰ ਆਪਾਂ 1/2 ਦੀ ਘਾਤ 2 ਲਿਖ ਸਕਦੇ ਹਾਂ ਤਾਂ ਇਹਨੂੰ ਆਪਾਂ ਜਦੋਂ ਅਡਜਸਟ ਕੀਤਾ ਸੋਲਵ ਕੀਤਾ ਸਿੰਪਲੀਫਾਈ ਕੀਤਾ ਆਪਣੇ ਕੋਲੇ ਆ ਫਾਰਮੈਟ ਬਣ ਗਿਆ ਠੀਕ ਹੋ ਗਿਆ ਹੁਣ ਜਿਹੜੇ ਫਾਰਮੂਲੇ ਸੀ ਦੇਖੋ ਧਿਆਨ ਨਾਲ ਆਪਾਂ ਜਿਹੜੇ ਲਾਸਟ ਲੈਕਚਰ ਚ ਫਾਰਮੂਲੇ ਕਿਤੇ ਸੀ ਆ ਕਿਤੇ ਸੀ ਇੱਥੇ ਐਕਸ ਸੀ ਤਾਂ ਇਹ ਫਾਰਮੂਲਾ ਬਣ ਗਿਆ ਸੀ ਆ ਫਾਰਮੂਲਾ ਸੀ ਆਪਣੇ ਕੋਲੇ ਤਾਂ ਉਹ ਸਿੱਧੀ ਜੀ ਗੱਲ ਹੈ अगर इथे x है इथे x है हुन इथे कोई भी लीनियर हो सकता है लीनियर ਤਾਂ ਇੱਥੇ ਵੀ ਆਜੂ ਜਿਵੇਂ ਆਪਾਂ ਪਿਛਲੇ ਫਾਰਮੂਲੇ ਨੂੰ ਜਰਨਲਾਈਜ਼ ਕੀਤਾ ਸੀ ਉਹ ਇੱਥੇ ਵੀ ਆਜੂ ਆਪਣੇ ਕੋਲੇ ਸੋਲਵ ਹੋਜੂ ਦੇਖੋ ਆ x ਦਾ ਫਾਰਮ ਹੋ ਗਿਆ ਆ a ਦਾ 1/2 a log ax ਦੀ ਜਗ੍ਹਾ ਇਹਦਾ ਬੇਸ -a ਆ ਬੇਸ +a +c ਦੋ ਨਾਲ ਦੋ ਕੱਟ ਗਿਆ ਲੌਗ ਇਹਨੂੰ ਸੋਲਵ ਕਰਾਂਗੇ 3 ਆਜੂ ਇਹਨੂੰ ਸੋਲਵ ਕਰਾਂਗੇ 2 ਆਜੂ ਤਾਂ ਆਪਣਾ ਕੀ ਆਨਸਰ ਆ ਗਿਆ ਇਹ ਆਪਣੇ ਕੋਲੇ ਆਨਸਰ ਆ ਚੁੱਕਿਆ ਹੋਰ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਆਂ ਦੇਖੋ ਬੜਾ ਇਜ਼ੀ ਹੈ ਬਸ ਆ ਪਰਫੈਕਟ ਸਕੁਅਰ ਹੈ ਜਿਸ ਦੀ ਤੁਸੀਂ ਪ੍ਰੈਕਟਿਸ ਕਰਨੀ ਹੈ ਨੈਕਸਟ ਦੇਖਦੇ ਆਂ ਨੈਕਸਟ ਹੈ ਆਪਣੇ ਕੋਲੇ x2 7x plus 10 ਸਭ ਤੋਂ ਪਹਿਲਾਂ ਫਿਰ ਕੀ ਕਰਾਂਗੇ x ਨੂੰ ਆਪਾਂ ਖਤਮ ਕਰਾਂਗੇ ਕੀ ਕਰਾਂਗੇ ਖਤਮ ਕਰਾਂਗੇ ਕੀ ਕਰਾਂਗੇ ਫਿਰ ਪਰਫੈਕਟ ਸਕੁਅਰ x2 7x plus 10 ਇਹਨੂੰ ਅਲੱਗ ਕਰਤਾ ਇਹਦਾ ਹਾਫ ਹੁਣ 7 ਦਾ ਅੱਧਾ 7/2 ਉਹਦੀ ਦੋ ਘਾਤ ਇੱਥੇ ਜੋੜਨੀ ਹੈ ਇੱਥੇ ਕੀ ਕਰਨੀ ਹੈ ਮਾਈਨਸ ਕਰਨੀ ਹੈ a ਬਣ ਗਿਆ a ਦੀ ਦੋ b ਦੀ ਦੋ 2ab a, a b ਦੀ ਦੋ 10 7 ਤੋਂ 7 49 2 ਦੋ 4 ਇਹਨੂੰ ਐਲਸੀਐਮ ਲੈ ਕੇ ਕੀ ਕੀਤਾ ਸੋਲਵ ਕੀਤਾ 4 10 ਚੋਕਾ 40 49 9 4 ਤੇ ਇਹ ਕੀ ਹੋ ਗਿਆ ਫਿਰ नौ होगी तीन दात दो चार होगी दो दात दो तो अपने को की बन गया है डी एक्स वटा एक्स प्लस सत्त वटा दो माइनस तीन हूँ फॉर्मेट बन गया आप लिख दें गया? आ फॉर्मेट बन गया जिथे एक्स की जगह पर आ आ गया ए दी जगह एगहते ए आ गया तो फॉर्मूला सी वन बाय टू ए लॉग x a x a c ਆ ਕੱਟ ਗਿਆ 1/3 log ਆ ਦੋਨੋਂ ਹੱਲ ਕਰੋਗੇ ਤਾਂ 2 ਆਜੂ ਇਹਨਾਂ ਦੋਹਾਂ ਨੂੰ ਹੱਲ ਕਰੋਗੇ ਤਾਂ ਕੀ ਆਜੂ 5 ਆਜੂ ਤਾਂ ਇਹ ਆਪਣੇ ਕੋਲ ਕੀ ਆ ਗਿਆ ਇਸ ਦਾ ਆਨਸਰ ਆ ਗਿਆ ਤਾਂ ਦੇਖੋ ਆਸਾਨੀ ਦੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਹੋਰ ਇਹਨੂੰ ਹੋਰ ਜਨਰਲਾਈਜ਼ ਕਰਦੇ ਹਾਂ ਕੁਐਸਚਨਸ ਨੂੰ ਨੈਕਸਟ ਆਪਨੇ ਕੋਲੇ ਆ ਰਿਹਾ ਸਪੋਜ਼ ਆ ਰਿਹਾ ਤਾਂ ਫਿਰ ਦੇਖੋ ਇੱਥੇ ਐਕਸ ਆ ਗਿਆ ਤਾਂ ਆਪਾਂ ਐਕਸ ਖਤਮ ਕਰਾਂਗੇ ਲੇਕਿਨ ਨਾਲ ਇੱਥੇ ਕੀ ਮੈਂਸ਼ਨ ਕਰਤਾ ਮੈਂਨੇ ਇਹਦਾ ਕੋਫੀਸ਼ੀਐਂਟ ਦੋ ਪਹਿਲਾਂ ਇਹਨੂੰ ਕਾਮਨ ਕੱਢੋ ਦੋ ਬਾਹਰ ਕੱਢਿਆ ਐਕਸ ਸਕੁਅਰ ਮਾਈਨਸ ਐਕਸ ਵਟਾ 2 ਮਾਈਨਸ 3 ਵਟਾ 2 ਐਕਸ ਵਾਲੇ ਕਰ ਦੋ ਅਲੱਗ ਹੁਣ x ਦਾ ਕੋਫੀਸ਼ੀਐਂਟ ਹੋ ਗਿਆ -1/2 ਇਹੀ ਹੋ ਗਿਆ ਨਾ ਇਹੀ ਹੋ ਗਿਆ ਇਹਦਾ ਅੱਧਾ ਕਿਉਂਕਿ ਦੇਖੋ ਕੀ ਸੀ ਆਪਣੇ ਕੋਲੇ ਹਾਫ ਆਫ ਕੋਫੀਸ਼ੀਐਂਟ ਆਫ x x ਦਾ ਕੋਫੀਸ਼ੀਐਂਟ -1/2 ਹੈ ਇਹਦੀ ਵਰਗ ਦੋ ਘਾਤ ਤਾਂ ਕੀ ਕੀਤਾ ਆਪਾਂ ਇੱਥੇ ਫਿਰ -1/4 ਨੂੰ x ਦੇ ਵਿੱਚ ਤਾਂ ਪਲੱਸ ਹੀ ਕਰਨਾ ਹੈ نیچے ਆਪਾਂ ਕੀ ਕਰਤਾ ਮਾਈਨਸ ਕਰਤਾ ए दी दो बी दी दो दो ए बी, क्योंकि उरे माइनस है तो यह बन गया एनू सॉल्व करिए वन बाय सिक्सटीन यही हो गया ना इस तो तुम एलसीएम, चौबीस प्लस एक इतने देखो एक इंपोर्टेंट चीज है क्योंकि यह दोनों माइनस है जे इत माइनस लिखोगे तो असल की हो गया आपका माइनस सजा कट लिया ਇੱਥੇ ਪਲੱਸ ਹੋਊਗਾ ਇਹ ਬੜੀ ਇੰਪੋਰਟੈਂਟ ਗਲਤੀ ਹੈ ਕਿ ਧਿਆਨ ਰੱਖਨੀ ਆ ਤੁਸੀਂ ਜਿਹੜੀ 2 x 1 4 ਦੀ 2 25 16 ਇਹੀ ਆ ਗਿਆ ਤਾਂ ਫਿਰ a ਕੀ ਬਣ ਗਿਆ ਦੇਖੋ 2 ਤਾਂ ਕਾਮਨ dx x 1 4 ਦੀ ਦੋ 25 16 25 5ਉ 5 25 16 ਚੌਕ ये फिर उ फॉर्मूला बन गया एक्स की दो माइनस ए की दो वटा दो लॉग एक्स माइनस एक्स प्लस ए प्लस सी यही फॉर्मूला दो, दो गया दो, नाल दो गया, एक वटे पंच लॉग इथे सॉल्व करो ये तीन वटे दो बन जू ਇਹਨੂੰ ਸੋਲਵ ਕਰਾਂਗੇ x 1 ਬਨਜੂ ਐਲਸੀਐਮ ਲਿਆ ਤਾਂ ਆਨਸਰ ਹੈ ਇੱਥੇ ਹੁਣ ਇੱਕ ਛੋਟਾ ਜਿਹਾ ਆਨਸਰ ਦੀ ਇੱਕ ਵੇਰੀਏਸ਼ਨ ਆਊਗੀ ਦੇਖੋ ਜਦੋਂ ਐਲਸੀਐਮ ਲੈ ਕੇ ਸੋਲਵ ਕਰਾਂਗੇ ਆਪਣਾ ਆਨਸਰ ਇਹ ਵੀ ਬਣ ਸਕਦਾ ਹੈ ਪਰ ਕੀ ਹੁੰਦਾ ਬੁੱਕਸ ਦੇ ਵਿੱਚ ਮੈਂ ਥੋੜਾ ਦਿਨ ਹੋਰ ਸਿੰਪਲੀਫਾਈ ਕਰ ਰਿਹਾ ਦੇਖੋ ਧਿਆਨ ਨਾਲ ਇਹਨੂੰ ਅਲੱਗ ਕਰਤਾ ਕਨਸਟੈਂਟ ਜਿਹੜਾ ਦੋ ਦੇ ਨਾਲ ਆਪਾਂ ਉਹ ਗੁਣਾ ਕਿਤੇ ਇਹਨੂੰ ਅਲੱਗ ਕਰਤਾ ਮਤਲਬ ਇਹਨੂੰ ਐਂ ਕਰਤਾ ਹੁਣ ਇਹ ਹੋ ਗਿਆ ਲੌਗ ਐਮ ਐਨ ਤਾਂ ਲੌਗ ਐਮ ਪਲੱਸ ਲੌਗ ਐਨ ਪਲੱਸ ਸੀ ਤੇ ਤੁਹਾਨੂੰ ਜੋ ਆਨਸਰ ਮਿਲੂਗਾ ਬੁੱਕ ਦੇ ਵਿੱਚ ਪਤਾ ਕੀ ਮਿਲੂਗਾ ਜਿੱਥੇ ਤੁਸੀਂ ਕਨਫਿਊਜ਼ ਹੋਗੇ ਉਲਝੇ ਹੋਗੇ ਤੁਹਾਨੂੰ ਆ ਮਿਲਣਾ ਤੁਸੀਂ ਇਹ ਸੋਚੋਗੇ ਆਹਾ ਵੈਲਿਊ ਕਿੱਥੇ ਗਈ ਕੀ ਕੁਐਸਚਨ ਗਲਤ ਹੋ ਗਿਆ ਨਹੀਂ ਐਥੇ ਸੀ ਇੱਕ ਕਨਸਟੈਂਟ ਹੈ ਉਹ ਕੋਈ ਵੀ ਹੋ ਸਕਦਾ ਹੈ 1 2 3 4 5 6 3/2 5/7 ਕੋਈ ਵੀ ਹੋ ਸਕਦਾ ਹੈ ਆ ਵੀਲਿਊ ਵੀ ਕੀ ਹੈ ਕਨਸਟੈਂਟ ਹੈ ਤਾਂ ਜਦੋਂ ਕਨਸਟੈਂਟ ਚ ਕਨਸਟੈਂਟ ਜੋੜਿਆ ਫਰਦਰ ਉਹ ਕੀ ਬਣ ਗਿਆ ਕਨਸਟੈਂਟ ਬਣ ਗਿਆ ਤਾਂ ਉਹਨਾਂ ਨੇ ਕੀ ਕੀਤਾ ਕਿਉਂਕਿ ਇਹ ਕਨਸਟੈਂਟ ਹੈ ਇਹਦੇ ਵਿੱਚ ਹੀ ਐਡਜਸਟ ਕਰਤਾ ਤਾਂ ਆਨਸਰ ਤੁਹਾਨੂੰ ਉੱਥੇ ਸੀ ਸੀ ਕੋਈ ਵੀ ਵੈਲਿਊ ਹੋ ਸਕਦੀ ਹੈ ਤਾਂ ਜਦੋਂ ਕਨਸਟੈਂਟ ਉਹਦੇ ਨਾਲ ਪਲੱਸ ਮਾਈਨਸ ਕਰਾਂਗੇ ਉਹ ਕਨਸਟੈਂਟ ਹੀ ਰਹੇਗਾ ਕਿਉਂਕਿ ਵੇਰੀਏਬਲ ਦਾ ਕੋਈ ਵੀ ਰੋਲ ਨਹੀਂ ਹੈਗਾ ਤਾਂ ਇਸ ਕਰਕੇ ਤੁਹਾਡੇ ਆਨਸਰ ਦੇ ਵਿੱਚ ਇੱਥੇ ਵੀ ਵੇਰੀਏਸ਼ਨ ਆ ਸਕਦੀ ਹੈ ਜਿਸ ਚੀਜ਼ ਆਪਾਂ ਪੱਕੀ ਕਰਨਾ ਹੈ ਧਿਆਨ ਰੱਖਣਾ ਸੇਮ ਆਪਾਂ ਅੰਡਰ ਰੋਟ ਵਾਲੇ ਕੁਐਸਚਨ ਦੇ ਵੀ ਕਰ ਸਕਦੇ ਹਾਂ ਦੇਖੋ ਇਹ ਤਾਂ ਸੀ ਬਿਨਾ ਅੰਡਰ ਰੂਟ ਤੋਂ ਆਪਾਂ ਤੇ ਉਹ ਫਾਰਮੂਲੇ ਅੰਡਰ ਰੂਟ ਵਾਲੇ ਵੀ ਕਿਤੇ ਸੀ ਹੁਣ ਮੈਂ ਉਹਦੀ ਐਗਜ਼ਾਮਪਲ ਲੈ ਕੇ ਚੱਲ ਰਿਹਾ ਡੀ ਐਕਸ ਬਾਈ ਦੇਖ ਤੱਕਲੀ ਅੰਡਰਟਾਲੀ ਪਹਿਲਾਂ ਬਾਹਰ ਕੱਢ ਲਓ ਬਿਨਾਂ ਅੰਡਰਟੋਂ ਜਿਹੜਾ ਉਹਦਾ ਬੇਸ ਹੈ ਕਿਉਂਕਿ ਉਹਰੇ ਐਕਸ ਆ ਚੁੱਕਿਆ ਹੁਣ ਅੰਡਰਟ ਦੇ ਵਿੱਚ ਫਾਰਮੂਲੇ ਕੀ ਸੀ ਆ ਸੀ ਐਕਸ ਸਕੁਅਰ ਪਲੱਸ ਮਾਈਨਸ ਐ ਸਕੁਅਰ ਆ ਸੀ ਸੇਮ ਆਪਾਂ ਨੂੰ ਇੱਥੇ ਫੇਰ ਐਕਸ ਖਤਮ ਕਰਨਾ ਪਊ ਏ ਕਾਤਾ 1/2 ਗੁਣਾ ਕੋਫੀਸ਼ੀਐਂਟ ਟੌਪ ਐਕਸ ਇਹਦੀ ਘਾਤ ਦੋ ਇੱਥੇ ਆਪਾਂ ਪਲੱਸ ਕਰਾਂਗੇ ਇੱਥੇ ਆਪਾਂ ਮਾਈਨਸ ਕਰਾਂਗੇ a ਦੀ 2 b ਦੀ 2 2ab a b ਦੀ 2 ਇੱਥੇ ਨੂੰ ਸੋਲਵ ਕੀਤਾ ਤਾਂ ਜਦੋਂ ਐਲਸੀਐਮ ਲੈ ਕੇ ਸੋਲਵ ਕਰੋਗੇ 25/4 ਆਜੂ ਠੀਕ ਤਾਂ ਫਿਰ ਕੀ ਬਣ ਗਿਆ ਇੱਥੇ ਦੇਖੋ ਅੰਦਰ ਟੋਮੇ ਦਾ ਹੋਂ ਮੇ ਕਾ ਹੋ ਗਿਆ पच्ची बाय चार पांच बाय दो फॉर्मेट बन गया फॉर्मूले का जो पहला मैं फॉर्मेट पर गल कर रहा डीएक्स बाय अंडर एक्स स्ेयर माइनस ए स्केर ए बन गया ना तो की फॉर्मूला से लॉग एक्स तो हूँ इतने आ गया प्लस आ सारा आ हो गया या तो सिंपलीफाई करियो पर बड़ा टिपिकल बना लोगे नहीं एनू ड्रॉप कर दियो आंसर ते कोई फर्क नहीं पैना एनू भी आप इतनी ड्रॉप कर सकते हैं नैक्सट क्वेश्चन है जिस एक कॉमन मिसटेक होंगी है हूँ आप फॉरमेट पर गल करते क्वेश्चन पर क्वेश्चन है डीएक्स अपॉन अंडर सैवन माइनस सिक्स एक्स माइनस एक्स स्क्य ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਇੱਕ ਛੋਟੀ ਜਿਹੀ ਟੈਕਨੀਕਲ ਮਿਸਟੇਕ ਬੜੀ ਹੁੰਦੀ ਹੈ ਇਸ ਵਿੱਚ ਆ ਦੇ ਤਾਂ ਪਹਿਲਾਂ ਤਾਂ ਮਾਈਨਸ ਕਾਮਨ ਕੱਢਿਆ ਸਾਰੇ ਸਾਈਨ ਉਲਟੇ ਹੋ ਗਏ ਠੀਕ ਉਸ ਤੋਂ ਬਾਅਦ ਐਕਸ ਵਾਲਾ ਇੱਕ ਸਾਈਡ ਤੇ 1/2 ਹਾਫ ਕੋਫੀਸ਼ੀਐਂਟ ਆਫ ਐਕਸ ਹੋ ਗਿਆ ਤਾਂ ਕਿੰਨਾ ਆ ਗਿਆ 3 3 ਦਾ ਸਕੁਅਰ ਇਹ ਚ ਪਲੱਸ ਕੀਤਾ ਇੱਥੇ ਮਾਈਨਸ ਕੀਤਾ एक्स प्लस तीन का स्केयर यह हो गया सत्त तीनों सोलह तो मिसटेक की होगी देखो इतने वट यू विल डू माइनस है तुम इतने माइनस कॉमन क्डोगे पक्का क्डोगे सोलह लिखोगे पर यह गलत है क्यों क्योंकि उरे अंडरुट है अंडरुट के माइनस कदे भी कॉमन नहीं निकलता इस करके स्टैप गलत है एक कॉमन मिसटेक है ध्यान रखने इस चीज़ की तो उ माइनस अंदर शिफ्ट करा जो अंदर शिफ्ट किया प्लस वाली माइनस बन गई माइनस वाली प्लस बन गई तो फिर यह एक्चुअली की बनूगा आ बनू यह ध्यान रखियो क्योंकि इतने अंडरुट है अंडरुट चो माइनस कॉमन नहीं सकते, कईटा बन जूगा याद करो चीज इमेजनरी नंबर बन जाएंगे ठीक सोलह हो गया चार दी दो फॉर्मैट बन गया मैं ना ही लिख रहे है? ਤਾਕੀ ਤੁਹਾਡੇ ਯਾਦ ਹੋ ਜਾ ਚੀਜ਼ਾਂ ਏ ਐਕਸ ਤਾਂ ਇਹ ਫਾਰਮੂਲਾ ਕੀ ਸੀ ਸਾਈਨ ਇਨਵਰਸ ਐਕਸ ਬਾਈ ਏ ਐਕਸ ਦੀ ਜਗ੍ਹਾ ਐਕਸ ਪਲੱਸ 3 ਆ ਗਿਆ ਏ ਕਿੰਨਾ ਆ ਗਿਆ 4 ਆ ਗਿਆ ਤਾਂ ਆਪਣੇ ਕੋਲ ਲਿਖੀ ਹੋ ਗਿਆ ਇਸ ਦਾ ਆਨਸਰ ਇਹ ਤਾਂ ਹੋ ਗਿਆ ਡਾਇਰੈਕਟ ਆਪਾਂ ਨੂੰ ਕੁਆਡਰੈਟਿਕ ਫਾਰਮੈਟ ਦਿੱਤਾ ਹੈ ਐਕਸ ਸਕੁਅਰ ਪਲੱਸ ਬੀ ਐਕਸ ਪਲੱਸ ਸੀ ਹੁਣ ਨੈਕਸਟ ਇਹਦਾ ਫੇਸ ਚੱਲਾਂਗੇ ਆਪਾਂ ਨੈਕਸਟ ਫੇਸ ਹੈ ਇੱਕ ਬੜਾ ਅੱਛਾ ਐਸੇ ਚ ਸਬਸਟੀਚੂਸ਼ਨ ਕਿਉਂਕਿ ਆਪਾਂ ਪੂਰੇ ਟਾਪਿਕ ਦੀ ਗੱਲ ਕਰਨਾ ਹੈ ਇਸ ਲੈਕਚਰ ਦੇ ਵਿੱਚ ਤਾਂ ਮੇਰੀ ਕੋਸ਼ਿਸ਼ ਹੈ ਮੈਂ ਲੈਕਚਰ ਟਾਪਿਕ ਦਾ ਟਾਪਿਕ ਕੰਪਲੀਟ ਕਰਵਾਮਾ ਹੁਣ ਕੁਐਸਚਨ ਆ ਆ ਗਿਆ ਆਪਾਂ ਜਿਹੜਾ ਫਾਰਮੈਟ ਕੀਤਾ ਹੈ ਕੀ ਕੀਤਾ ਆਹਾ ਮਤਲਬ ਉੱਪਰ ਆਪਾਂ ਨੂੰ ਕਨਸਟੈਂਟ ਚਾਹੀਦਾ ਹੈ पर प्रॉब्लम एक्स आ गया हूँ की करिए कोई गल नहीं एक्स किस का डरावेटिव है देसी भाषा च एक्स किसा डायरेवेटिव है मतलब कही टर्म का डायरावेटिव करके अपने को ऑलमोस्ट एक्स आकेयर का टू हो गया या इंटेग्रेस सोच लो माइंड ज़्यादा ऑप्शन वी है एदेग्रेशन हो गया एक्स स्केयर बाय दो की लड़ नहीं आप क्योंकि वेरीएबल तो ट्रैक करना है ਤਾਂ x² ਨੂੰ ਰਿਪਲੇਸ ਕਰ ਦੋ ਇੱਥੇ 2x dx du ਤਾਂ ਦੇਖੋ x dx ਹੋ ਗਿਆ du x² ਨੂੰ u ਰਿਪਲੇਸ ਕੀਤਾ ਇਹਨੂੰ ਆਪਾਂ ਲਿਖ ਸਕਦੇ ਹਾਂ ਆ ਹੋ ਗਿਆ u u² u 1 ਬਣ ਗਿਆ ਨਾ ਪਿਛਲੇ ਕੁਐਸਚਨ ਦਾ ਫਾਰਮੈਟ ਹੁਣ ਆਪਾਂ ਕੀ ਕਰਾਂਗੇ ਇਸ ਦਾ ਪਰਫੈਕਟ ਸਕੁਅਰ ਇਹਦਾ ਹਾਫ ਸਕੁਅਰ ਪਲੱਸ ਕੀਤਾ ਮਾਈਨਸ ਕਿੰਨਾ ਇਹ ਹੋ ਗਿਆ u 1 2 ਸਕਰ ਇਹਨੂੰ ਸੋਲਵ ਕਰੋਗੇ 3 4 ਬਣ ਜਾਊਗਾ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲੇ ਆ ਗਿਆ du u 1 2 3 ਦਾ ਵਰਗ √3 ਦਾ ਵਰਗ ਹੈ 4 ਆ ਗਿਆ 2 ਦਾ ਤਾਂ ਇਹ ਹੋ ਗਿਆ ਹੁਣ ਇਹ ਕਿਹੜਾ ਫਾਰਮੈਟ ਬਣ ਗਿਆ ਅਗਰ ਇਹਨੂੰ x ਲੈ ਕੇ ਚੱਲਾ ਕਿਉਂਕਿ ਇਹ ਵੇਰੀਏਬਲ ਹੈ ਆ ਹੋ ਗਿਆ x² a² ਜਾਂ स्कर प्लस एक्स इस फॉर्मूला की सी 1 A, X A. 1 A, inverse, X मतलब वेरिएबल जो बेस है अपॉन दिस प्लस दो हंड तीन टैन इनवर्स एलसीएम लैके सॉल्व किया गया नाउ व्हाट इज यू x2 ਆਪਾਂ ਇੱਥੇ u ਦੀ ਵੈਲਿਊ ਰਿਪਲੇਸ ਕਰ ਦਾਂਗੇ ਆਪਾਂ ਕੀ ਆ ਗਿਆ ਇਸ ਦਾ ਆਨਸਰ ਆ ਗਿਆ ਦੇਖੋ ਕਨਸੈਪਟ ਉਹੀ ਹੈ ਆਪਾਂ ਇੱਕ ਸਿਰਫ ਅਡਜਸਟਮੈਂਟ ਕੀਤੀ ਹੈ بڑے ਕੁਐਸ਼ਨਸ ਨੇ ਇਸ ਨਾਲ ਦੇ ਜਿਹਨੂੰ ਆਪਾਂ इजीली ਸੋਲਵ ਕਰ ਸਕਦੇ ਹਾਂ ਮੈਂ ਕੱਲੇ ਕੁਐਸ਼ਨ ਲਿਖ ਰਿਹਾ ਕਨਸੈਪਟ ਇਹੀ ਹੈ ਸੋਲਵ ਕਰਨ ਦਾ ਦੇਖੋ ਇੱਕ ਆ ਗਿਆ dx x 6 log x square plus 7 log x plus 2 ਆ ਗਿਆ ya i e x dx e 2 x 4 e x 3 ਆ ਗਿਆ ਤਾਂ ਦੇਖੋ ਧਿਆਨ ਨਾਲ ਹੁਣ ਬੇਸਿਕਲੀ ਜਿਹੜੇ ਇਹ ਫਾਰਮੂਲੇ ਆ ਦੇਖੋ ਸਿੱਧੇ ਜਿਹੀ ਗੱਲ ਮੈਂ ਦੱਸਦਾ ਉਰੇ ਇਹ ਅਲਜਬ੍ਰਿਕ ਨੇ ਅਲਜਬ੍ਰਿਕ ਮਤਲਬ ਕੱਲੇ ਵੈਰੀਏਬਲ x ਦੇ ਵਿੱਚ ਨੇ ਅਲਜਬਰੇ ਦੇ ਨੇ ਆਪਣੇ ਠੀਕ ਇੱਥੇ ਲੌਗਰਿਥਮ ਆ ਗਿਆ ਇੱਥੇ ਐਕਸਪੋਨੈਂਸ਼ੀਅਲ ਆ ਗਿਆ ਇਹਦਾ ਮਤਲਬ ਇਹ ਫਾਰਮੂਲੇ ਇਹਨਾਂ ਵਾਸਤੇ ਨਹੀਂ ਹੈਗੇ ਆਪਾਂ ਨੂੰ ਇਹ ਖਤਮ ਕਰਨਾ ਪਊਗਾ ਦੇਖੋ ਅਗਰ ਇੱਥੇ ਆਪਾਂ log x ਨੂੰ ਰਿਪਲੇਸ ਕਰ ਦਾਂਗੇ ਇਹ ਹੋ ਗਿਆ ਤਾਂ ਆਤਾ ਬਣ ਗਿਆ du ਤਾਂ ਜਿਹੜਾ ਕੁਐਸਚਨ ਅਸਲ 'ਚ ਬਣੂਗਾ ਉਹ ਆ ਬਣ ਜਾਊਗਾ ਤੁਹਾਡਾ ਇਹਨੂੰ ਆਪਾਂ ਸੋਲਵ ਕਰ ਲਾਂਗੇ ਕਿਉਂ ਕਿਉਂਕਿ ਉਰੇ ਆਪਾਂ ਨੂੰ ਵੇਰੀਏਬਲ ਅਲਜਬਰਾ ਚਾਹੀਦਾ ਆਪਾਂ ਨੂੰ ਟ੍ਰਿਗਨੋਮੈਟ੍ਰਿਕ ਫੰਕਸ਼ਨ ਨਹੀਂ ਚਾਹੀਦਾ ਲੌਗਰੀਥਮ ਨਹੀਂ ਚਾਹੀਦਾ ਐਕਸਪੋਨੈਂਸ਼ੀਅਲ ਨਹੀਂ ਚਾਹੀਦਾ ਜਿਹੜਾ ਇਹ ਫਾਰਮੂਲਾ ਹੈ ਸਿਰਫ ਐਕਸ ਦੇ ਨਾਲ ਰਿਲੇਟਡ ਹੈ ਇੱਕ ਸਿੰਪਲ ਵੇਰੀਏਬਲ ਦੇ ਨਾਲ ਰਿਲੇਟਡ ਹੈ ਸੇਮ ਇਥੇ ਉਰੇ e x ਪਿਆ ਤਾਂ ਅਗਰ ਆਪਾਂ e x ਨੂੰ ਰਿਪਲੇਸ ਕਰਤਾ ਆ ਹੋ ਗਿਆ d u u² 4 u ਤਾਂ ਜਿਹੜਾ ਇਹ ਫਾਰਮੈਟ ਬਣ ਜਾਊਗਾ ਲਗਭਗ ਆ ਬਣ ਜਾਊਗਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਸੋਲਵ ਕਰ ਸਕਦੇ ਹਾਂ ठीक हो ना क्योंकि नीचे एक्स फॉर्मेट चाहिए अगर कोई होर ट्रांसडेंशियल फंक्शन पे है लॉग ट्रिगनोमैट्रिक एक्सपोनेंशियल यह सॉल्व नहीं होना एक होर क्वेश्चन पर मैं गल करता हूँ अंरुटाले पर आ रहा बिल्कुल सेम ट्रैक पर है फर्क इतने अंटुट पै गया हाँ जी आ रहा हूँ देखो नीचे अपने कोिगनोमैट्रिक फंक्शन आ गया एंड द प्रॉब्लम इज आप एक्स चाहिए तो फिर की करा पुट साइन एक्स इज इक्वल टू यू कॉस एक्स डीएक्स इज इक्वल टू डी यू आ गया डी यू आ गया यू स्केयर माइनस टू यू माइनस थ्री हूँ एद परफेक्ट स्केयर बनाया इन अलग किया एद हाफ करा वन आजूगा तोयर जोड़िया माइनस हो गया यू माइनस वन स्केयर माइनस तीन माइनस एक माइनस चार तो अपने को आ गया चार होंगे दो स्केयर स्केर फॉरमेट कि बन गया देखो आ बन गया यही बन गया ना की फॉर्मूला सी लॉग ऑफ एक्स एक्स का मतलब आने इतने ਇਹ ਪਲੱਸ ਹੈ ਸਾਰੀ ਟਰਮ ਪਲੱਸ ਤਾਂ ਪਲੱਸ ਹੀ ਯੋਗੀ ਹੈ sinx sinx ਰਿਪਲੇਸ ਕਰਾਂਗੇ ਪਲੱਸ ਆ ਦੇਖੋ ਇਹ ਕੀ ਹੈ ਇਹ ਸਿੰਪਲੀਫਾਈ ਕਰਕੇ ਇਸ ਤੋਂ ਬਣਿਆ ਦੇਖੋ ਆਹੀ ਹੈ ਨਾ ਇਹ ਆ ਰਹੀ ਇਹ ਇੱਥੋਂ ਬਣਿਆ ਇਹ ਇੱਥੋਂ ਬਣਿਆ ਇਹ ਇੱਥੋਂ ਬਣਿਆ ਤਾਂ ਉਰੇ ਆਪਾਂ ਡਾਇਰੈਕਟ ਲਿਖ ਦਾਂਗੇ ਉੱਥੇ ਜ਼ਿਆਦਾ ਸੋਚ ਸਿੰਪਲੀਫਾਈ ਕਰਕੇ ਟਾਈਮ ਨਹੀਂ ਖਰਾਬ ਕਰਨਾ ਤੁਸੀਂ क्योंकि आ वैल्यू आ रही आ इसतों बनी आनी बनी, तो क्लीयर है जो आपस कर देंगे तो डायरैक्ट अपने को रिजल्ट आर्म आ जानी है तो अपना की आ गया आंसर आ गया तो दोस्तों से अपने को जो आप स्पैशल छे फॉर्मूले किए उस देशन नैक्सट लैक्चर की करा आप थोड़ा आइडिया देना दे आ अपना फॉरमेट सी हैगा हूँ अपने को आ जाना है ਉੱਪਰ ਲੀਨੀਅਰ ਇੱਥੇ ਤਾਂ ਇਕੱਲੀ ਪਿਓਰ ਕੁਆਡਰੈਟਿਕ ਸੀ ਆ ਗਿਆ ਲੋ ਜੀ ਨੈਕਸਟ ਆ ਗਿਆ ਹੁਣ ਇੱਕ ਸਟੈਪ ਹੋਰ ਵੱਧ ਗਿਆ ਦੇਖੋ ਕਿਵੇਂ ਇੱਕ ਲੇਆਉਟ ਚੱਲ ਰਿਹਾ ਹੈ ਇੰਟੀਗ੍ਰੇਸ਼ਨ ਦਾ ਜਿਸ ਨੂੰ ਤੁਸੀਂ ਧਿਆਨ ਰੱਖਣਾ ਹੈ ਥੋੜਾ ਜਿਹਾ ਮੈਂ ਗੱਲ ਕਰ ਰਿਹਾ ਹਾਂ ਵੈਰੀ ਫਰਸਟ ਫੇਸ ਸੀ ਇਸ ਟਾਈਪ ਦੇ ਫਾਰਮੂਲੇ ਦਾ ਅੰਡਰ ਉਹ ਜੋ ਵੀ ਹੈ ਸੈਕਿੰਡ ਫੇਸ ਆ ਗਿਆ आह आहा। ठीक की किया आ जुड़ गया थर्ड फेज जो नैक्सट लैक्चर गल करा उपर लीनियर आ सकते कोई भी क्आडरटिक या अं कॉड्रेटिक की फर्क पै गया हूँ ना आ जोड़ता देखो एक एक स्टेप वह नैक्सट लैक्चर आपको जी डकन करनी है इस टॉपिक पर करनी है आ रहा अपना इसकेंड फेज थैंक यू